ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਔਰ ਅੱਜ ਦੇ ਵੀਡੀਓ 'ਚ ਸ਼ਾਨਦਾਰ ਨੁਸਖਾ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ, ਉਹਨਾਂ ਵਾਸਤੇ ਜਿਨ੍ਹਾਂ ਨੂੰ ਕਮਰ 'ਚ ਬਹੁਤ ਦਰਦ ਹੈ, ਲੱਕ ਪੀੜ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਕਿ ਲੱਕ 'ਚ ਦਰਦ ਹੁੰਦਾ ਹੈ, ਕਈਆਂ ਨੂੰ ਹੱਡੀਆਂ ਦੀ ਕਮਜ਼ੋਰੀ ਦੇ ਨਾਲ ਹੋ ਜਾਂਦਾ ਹੈ, ਕਈਆਂ ਦਾ ਵਾਤ ਜਿਹੜਾ ਹੈ ਉਹਦਾ ਬੈਲੈਂਸ ਵਿਗੜ ਜਾਂਦਾ ਹੈ, ਵਾਤ ਵਿਕਾਰ ਆ ਜਾਂਦਾ ਹੈ, ਜਾਂ ਫਿਰ ਕਈਆਂ ਦੇ ਮਣਕਿਆਂ 'ਚ ਗੈਪ ਆ ਜਾਂਦਾ ਹੈ। ਬਹੁਤ ਸਾਰੇ ਲੋਕ ਕਈ ਵਾਰ ਜਿਮ ਜਾਂਦੇ ਹੈ, ਖਾਸ ਕਰ ਯੰਗਸਟਰਸ, ਕੋਈ ਵਜ਼ਨ ਅਚਾਨਕ ਇਸ ਤਰੀਕੇ ਨਾਲ ਚੁੱਕਿਆ ਜਾਂਦਾ ਹੈ ਕਿ ਕਮਰ 'ਚ ਦਰਦ ਆ ਜਾਂਦਾ ਹੈ, ਜਾਂ ਫਿਰ ਅਚਾਨਕ ਭਾਰੀ ਬਾਲਟੀ ਚੁੱਕੀ ਤਾਂ ਵੀ ਕਮਰ ਕੜਕ ਕਰ ਗਈ। ਤਮਾਮ ਤਕਲੀਫਾਂ 'ਚ ਅੱਜ ਮੈਂ ਇੱਕ ਖਾਸ ਨੁਸਖਾ ਤੁਹਾਡੇ ਨਾਲ ਸ਼ੇਅਰ ਕਰਾਂਗਾ ਔਰ ਤੁਹਾਨੂੰ ਦਿਖਾਵਾਂਗਾ, ਇੱਕ ਇੱਕ ਚੀਜ਼ ਦੇ ਬਾਰੇ ਜਾਣਕਾਰੀ ਦੇਵਾਂਗਾ ਕਿ ਕਿਹੜੀ ਚੀਜ਼ ਕਿਸ ਤਰ੍ਹਾਂ ਕਮਰ ਦੇ ਦਰਦ ਦੇ ਅੰਦਰ ਕੰਮ ਕਰਦੀ ਹੈ, ਸਾਰੀ ਜਾਣਕਾਰੀ ਇਸ ਵੀਡੀਓ 'ਚ ਦੇਵਾਂਗਾ। ਹਾਲਾਂਕਿ ਕਮਰ ਦਾ ਦਰਦ ਜ਼ਿੰਦਗੀ 'ਚ ਹਰ ਇਨਸਾਨ ਨੂੰ ਕਦੀ ਨਾ ਕਦੀ ਤੰਗ ਜ਼ਰੂਰ ਕਰਦਾ ਹੈ, ਹਰ ਇਨਸਾਨ ਨੂੰ ਕਿਸੇ ਨਾ ਕਿਸੇ ਨੂੰ ਜ਼ਰੂਰ ਤੰਗ ਕਰਦਾ ਹੈ, ਕਾਰਨ ਅਲੱਗ ਅਲੱਗ ਹੁੰਦੇ ਆ, ਰਾਈਟ? ਜਿਸ ਤਰ੍ਹਾਂ ਕਿ ਮੈਂ ਹੁਣ ਤੁਹਾਨੂੰ ਸਾਰੇ ਕਾਰਨ ਦੱਸਿਆ ਕਿ ਮਤਲਬ ਕਿਆ ਕਿਆ ਤਕਲੀਫਾਂ ਆਉਂਦੀਆਂ। ਹਾਂ, ਅੱਜ ਦਾ ਜਿਹੜਾ ਨੁਸਖਾ ਹੈ ਉਹ ਉਹਨਾਂ ਵਾਸਤੇ ਵੀ ਕੰਮ ਆਏਗਾ ਜਿਨ੍ਹਾਂ ਨੂੰ ਕਮਰ 'ਚ ਜਕੜਨ ਹੋ ਜਾਂਦੀ ਹੈ, ਉਹਨਾਂ ਵਾਸਤੇ ਵੀ ਕੰਮ ਆਏਗਾ ਜਿਨ੍ਹਾਂ ਨੂੰ ਕਮਰ ਦੇ ਵਿੱਚ ਦਰਦ ਹੈ ਲੇਕਿਨ ਉਹ ਲੱਤ ਵੱਲ ਵੀ ਜਾਣਾ ਸ਼ੁਰੂ ਹੋ ਗਿਆ, ਯਾਨੀ ਕਮਰ ਦਰਦ ਦੇ ਨਾਲ ਨਾਲ ਲੱਤ ਵੱਲ ਜਾਣਾ ਸ਼ੁਰੂ ਹੋ ਗਿਆ, ਠੀਕ ਹੈ? ਉਸ ਤੋਂ ਇਲਾਵਾ ਜਿਨ੍ਹਾਂ ਦੇ ਕਮਰ 'ਚ ਕਮਜ਼ੋਰੀ ਹੈ, ਮਣਕਿਆਂ 'ਚ ਗੈਪ ਆ ਗਿਆ, ਹੱਡੀਆਂ 'ਚ ਕਮਜ਼ੋਰੀ ਆ ਗਈ ਹੈ, ਵਾਤ ਵਿਕਾਰ ਵੱਧ ਗਿਆ, ਇਹ ਤਮਾਮ ਤਕਲੀਫਾਂ 'ਚ ਜਿਨ੍ਹਾਂ ਨੂੰ L4 L5 ਦੀ ਪ੍ਰੋਬਲਮ ਹੈ, L5 S1 ਦੀ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ ਹੈ, ਇਹ ਤਮਾਮ ਤਕਲੀਫਾਂ 'ਚ ਇਹ ਫਾਰਮੂਲਾ ਵਾਕਈ ਕਮਾਲ ਦਾ ਕੰਮ ਕਰੇਗਾ। ਅਜ਼ਮਾਇਆ ਹੋਇਆ ਨੁਸਖਾ ਜੋ ਕਿ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ, ਇਹਨੂੰ ਗੌਰ ਨਾਲ ਦੇਖਣਾ, ਵੀਡੀਓ ਸਕਿੱਪ ਨਾ ਕਰਨਾ, ਔਰ ਜੇ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ, ਰਾਈਟ? ਤਾਂ ਕਿ ਬੈਸਟ ਆਊਟ ਆਫ ਬੈਸਟ ਫਾਰਮੂਲੇ ਜਿਹੜੇ ਅਸੀਂ ਸ਼ੇਅਰ ਕਰਦੇ ਹਾਂ ਉਹਦਾ ਗਿਆਨ, ਉਹਦੀ ਨੌਲੇਜ ਤੁਹਾਨੂੰ ਵੀ ਮਿਲ ਸਕੇ, ਰਾਈਟ? ਕਿਆ ਉਹ ਫਾਰਮੂਲਾ, ਕਿਸ ਤਰ੍ਹਾਂ ਬਣਾਉਣਾ, ਕਿਸ ਤਰ੍ਹਾਂ ਖਾਣਾ, ਆਓ ਦੇਖਦੇ ਹਾਂ। ਠੀਕ ਹੈ ਜੀ, ਅਤੇ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੀ ਜਿਹੜੀ ਚੀਜ਼ ਲੈਣੀ ਹੈ ਜੀ, ਉਹ ਆਪਾਂ ਇਹਦੇ 'ਚ ਲੈਣੀ ਹੈ ਮੇਥੀ ਦਾਣਾ। ਮੇਥੀ ਦਾਣਾ ਇੱਕ ਐਸੀ ਚੀਜ਼ ਹੈ ਜਿਹੜੀ ਹਰ ਤਰੀਕੇ ਦੇ ਦਰਦਾਂ ਦੇ ਵਿੱਚ ਕੰਮ ਕਰਦੀ ਹੈ, ਖਾਸ ਕਰ ਜਿਨ੍ਹਾਂ ਨੂੰ ਲੱਕ 'ਚ ਪੀੜ ਹੁੰਦੀ ਹੈ। ਕਮਰ ਦਰਦ ਦੇ ਵਿੱਚ ਜੇ ਮੇਥੀ ਦਾਣੇ ਦਾ ਇਸਤੇਮਾਲ ਨਾ ਕੀਤਾ ਤਾਂ ਸਮਝੋ ਕਿਆ ਕੀਤਾ। ਹਰ ਫਾਰਮੂਲੇ ਦੇ ਅੰਦਰ ਤਕਰੀਬਨ ਮੇਥੀ ਦਾਣੇ ਦਾ ਇਸਤੇਮਾਲ ਹੁੰਦਾ, ਜਦੋਂ ਅਸੀਂ ਗੱਲ ਕਰੀਏ ਕਮਰ ਦਰਦ ਦੀ, ਲੱਕ ਪੀੜ ਦੀ, ਅਰਥਰਾਈਟਿਸ ਦੀ, ਰੂਮਟਾਈਡ ਅਰਥਰਾਈਟਿਸ ਦੀ, ਗਠੀਏ ਦੀ, ਰਾਈਟ? ਕਿਉਂ? ਕਿਉਂਕਿ ਇੱਕ ਤਾਂ ਇਹਨੇ ਜਿਹੜੀ ਕਬਜ਼ ਹੈ ਉਹਨੂੰ ਠੀਕ ਕਰ ਦੇਣਾ, ਗੈਸ ਨੂੰ ਨਹੀਂ ਬਣਨ ਦੇਣਾ। ਜਿਨ੍ਹਾਂ ਨੂੰ ਕਬਜ਼, ਜਿਹਨਾਂ ਦੀ ਕਬਜ਼ ਠੀਕ ਹੋ ਜਾਏਗੀ ਉਹਨਾਂ ਦੀ ਗੈਸ ਵੀ ਠੀਕ ਹੋ ਜਾਏਗੀ, ਜਿਨ੍ਹਾਂ ਦੀ ਗੈਸ ਠੀਕ ਹੋ ਜਾਏਗੀ ਉਹਨਾਂ ਨੂੰ ਪੇਨ ਵੀ ਨਹੀਂ ਆਏਗਾ। ਦੂਸਰਾ, ਐਨਰਜੀ ਲੈਵਲ ਵਧਾ ਦਿੰਦੀ ਹੈ, ਸਰੀਰ ਨੂੰ ਤਾਕਤ ਦਿੰਦੀ ਹੈ, ਕਮਜ਼ੋਰੀ ਨੂੰ ਦੂਰ ਕਰਦੀ ਹੈ। ਤੀਸਰਾ, ਭੁੱਖ ਅੱਛੀ ਤਰ੍ਹਾਂ ਲਗਾਉਂਦੀ ਹੈ। ਕਿੰਨੀ ਸ਼ਾਨਦਾਰ ਗੱਲ ਹੈ, ਦੇਖੋ, ਠੀਕ ਹੈ? ਔਰ ਜਿੰਨੇ ਵਾਯੂ ਵਿਕਾਰ ਹੈ, ਵਾਤ ਵਿਕਾਰ ਹੈ, ਇਹ ਉਹਨਾਂ ਨੂੰ ਠੀਕ ਕਰਨ 'ਚ ਤੁਹਾਡੀ ਮਦਦ ਕਰਦੀ ਹੈ। ਇਸੇ ਤਰੀਕੇ ਦਾ ਤੁਸੀਂ ਸਾਫ਼ ਸੁਥਰਾ ਮੇਥੀ ਦਾਣਾ ਲੈ ਕੇ ਆਉਣਾ, ਰਾਈਟ? ਇਹ ਹੋ ਗਈ ਪਹਿਲੀ ਚੀਜ਼। ਸੈਕਿੰਡ ਚੀਜ਼, ਦੂਸਰੀ ਚੀਜ਼ ਹੈ ਜੀ ਅਜਵਾਇਨ, ਠੀਕ ਹੈ? ਇਹ ਅਜਵਾਇਨ ਉਹੀ ਆਮ ਅਜਵਾਇਨ ਹੈ ਜਿਹੜੀ ਤੁਸੀਂ ਘਰਾਂ 'ਚ ਆਮ ਇਸਤੇਮਾਲ ਕਰਦੇ ਹੋ ਆਪਣੀ ਕਿਚਨ 'ਚ, ਠੀਕ ਹੈ? ਅਜਵਾਇਨ ਵੀ ਇੱਕ ਐਸੀ ਚੀਜ਼ ਹੈ ਜਿਹੜੀ ਤਮਾਮ ਵਾਤ ਵਿਕਾਰਾਂ 'ਚ ਬਹੁਤ ਅੱਛਾ ਕੰਮ ਕਰਦੀ ਹੈ, ਠੀਕ ਹੈ? ਪੇਨ ਨਹੀਂ ਹੋਣ ਦਿੰਦੀ, ਈਵਨ ਗੈਸ ਨਹੀਂ ਬਣਨ ਦਿੰਦੀ। ਦੇਖੋ ਕਿਆ ਕਮਾਲ ਦੀ ਚੀਜ਼ ਹੈ, ਠੀਕ ਹੈ? ਜੇ ਜਦੋਂ ਆਪਾਂ ਫਾਰਮੂਲੇ ਦੇ ਅੰਦਰ ਇਹਦਾ ਇਸਤੇਮਾਲ ਕਰਦੇ ਹਾਂ ਉਦੋਂ ਗੈਸ ਨਹੀਂ ਬਣੇਗੀ, ਪੇਟ 'ਚ ਅਫਾਰਾ ਨਹੀਂ ਆਏਗਾ, ਔਰ ਕਮਰ ਦਰਦ 'ਚ ਲਾਜਵਾਬ ਔਸ਼ਧੀ ਹੈ, ਐਂਟੀਬੈਕਟੀਰੀਅਲ ਹੈ, ਔਰ ਜਦੋਂ ਗੈਸ ਨਹੀਂ ਬਣੇਗੀ ਤਾਂ ਪੇਨ ਵੀ ਨਹੀਂ ਹੋਏਗਾ, ਪੇਨ ਘੱਟ ਜਾਂਦਾ ਬਹੁਤ ਜ਼ਿਆਦਾ। ਬਹੁਤ ਸਾਰੇ ਲੋਕਾਂ ਦੇ ਪੇਟ 'ਚ ਜਿਨ੍ਹਾਂ ਦੀ ਗੈਸ ਬਣਦੀ ਹੈ ਨਾ, ਉਹਨਾਂ ਦਾ ਦਰਦ ਗੋਲੀਆਂ ਲੈਣ ਦੇ ਬਾਵਜੂਦ, ਪੇਨ ਕਿਲਰ ਦਵਾਈਆਂ ਲੈਣ ਦੇ ਬਾਵਜੂਦ ਦਰਦ ਜਾਂਦਾ ਨਹੀਂ ਹੈ। ਇਸ ਕਰਕੇ ਕਬਜ਼ ਔਰ ਗੈਸ ਠੀਕ ਹੋਣੀ ਜ਼ਰੂਰੀ ਹੈ, ਈਵਨ ਇਹ ਪੇਨ ਕਿਲਿੰਗ ਦਾ ਵੀ ਕੰਮ ਕਰਦੀ ਹੈ, ਠੀਕ ਹੈ? ਇਹ ਹੋ ਗਈਆਂ ਦੋ ਚੀਜ਼ਾਂ। ਤੀਸਰੀ ਔਰ ਆਖਰੀ ਚੀਜ਼ ਹੈ ਜੀ ਕਾਲੀ ਜੀਰੀ। ਕਾਲੀ ਜੀਰੀ
ਇੱਕ ਐਸੀ ਚੀਜ਼ ਹੈ ਜਿਹਨੂੰ ਕਮਰ ਦਰਦ ਦੇ ਅੰਦਰ ਲਾਜਵਾਬ ਔਸ਼ਧੀ ਦੇ ਤੌਰ 'ਤੇ ਮੰਨਿਆ ਗਿਆ, ਔਰ ਖੂਨ ਵੀ ਸਾਫ਼ ਕਰਦੀ ਹੈ, ਔਰ ਓਵਰਆਲ ਇਸ ਫਾਰਮੂਲੇ ਦੇ ਅੰਦਰ ਜਦੋਂ ਮਿਕਸ ਕੀਤਾ ਜਾਂਦਾ ਇਸ ਫਾਰਮੂਲੇ ਦੀ ਤਾਕਤ ਵੱਧ ਜਾਂਦੀ ਹੈ। ਕਾਲੀ ਜੀਰੀ ਬਹੁਤ ਬਹੁਤ ਜ਼ਿਆਦਾ ਬੈਨੀਫਿਟ ਹੈ। ਵੀਡੀਓ ਲੰਬਾ ਨਹੀਂ ਕਰਾਂਗਾ ਔਰ ਸ਼ੋਰਟ 'ਚ ਤੁਹਾਨੂੰ ਫਟਾਫਟ ਦੱਸ ਦਿੰਦਾ, ਔਰ ਇਹਨਾਂ ਤਿੰਨਾਂ ਚੀਜ਼ਾਂ ਨੂੰ ਕਿੰਨਾ ਕਿੰਨਾ ਲੈਣਾ ਉਹ ਦੱਸਦਾ। ਸਭ ਤੋਂ ਪਹਿਲੀ ਚੀਜ਼ ਮੇਥੀ ਦਾਣਾ, ਮੇਥੀ ਦਾਣਾ ਤੁਸੀਂ ਲੈਣਾ 100 ਗ੍ਰਾਮ, ਠੀਕ ਹੈ। ਦੂਸਰੀ ਚੀਜ਼ ਅਜਵਾਇਨ, ਅਜਵਾਇਨ ਤੁਸੀਂ ਲੈਣੀ ਹੈ 50 ਗ੍ਰਾਮ। ਤੀਸਰੀ ਚੀਜ਼ ਹੈ ਕਾਲੀ ਜੀਰੀ, ਕਾਲੀ ਜੀਰੀ ਤੁਸੀਂ ਲੈਣੀ ਹੈ 50 ਗ੍ਰਾਮ। ਤਿੰਨਾਂ ਨੂੰ ਤੁਸੀਂ ਅਲੱਗ ਅਲੱਗ ਭੁੰਨ ਲੈਣਾ, ਹਲਕਾ ਸੇਕਣਾ, ਸਟਰੋਂਗ ਸੇਕ ਨਹੀਂ ਲਗਾਉਣਾ ਆਪਾਂ, ਬੜਾ ਹਲਕਾ ਹਲਕਾ ਰੋਸਟ ਕਰਨਾ, ਹਲਕਾ ਸੇਕਣਾ, ਔਰ ਅਲੱਗ ਅਲੱਗ ਕਰਨਾ, ਇਹਨੂੰ ਅਲੱਗ ਸੇਕਣਾ, ਇਹਨੂੰ ਅਲੱਗ, ਇਹਨੂੰ ਅਲੱਗ, ਤਿੰਨਾਂ ਨੂੰ ਸੇਕ ਕੇ ਠੰਡਾ ਕਰਕੇ ਉਸ ਤੋਂ ਬਾਅਦ ਇਹਦਾ ਪਾਊਡਰ ਬਣਾਉਣਾ। ਮੈਂ ਤੁਹਾਨੂੰ ਦੱਸਾਂ, ਜਦੋਂ ਆਪਾਂ ਇਹਨੂੰ ਸੇਕਦੇ ਹਾਂ, ਸੇਕਣ ਦੇ ਨਾਲ ਇਹਦੀ ਸਟਰੈਂਥ ਵੱਧ ਜਾਂਦੀ ਹੈ, ਯਾਨੀ ਪੇਨ ਕਿਲਿੰਗ ਦਾ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ। ਜੇ ਤੁਸੀਂ ਡੇਲੀ ਪੇਨ ਕਿਲਰ ਖਾਂਦੇ ਹੋ, ਮੇਰਾ ਤੁਹਾਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਪੇਨ ਕਿਲਰ ਡੇਲੀ ਨਾ ਖਾਇਆ ਕਰੋ। ਡੇਲੀ ਪੇਨ ਕਿਲਰ ਖਾਣ ਦੇ ਨਾਲ ਕਿਡਨੀ ਔਰ ਲਿਵਰ ਦੇ ਉੱਤੇ ਫਰਕ ਆਉਣਾ ਸ਼ੁਰੂ ਹੋ ਜਾਂਦਾ, ਠੀਕ ਹੈ, ਔਰ ਬੜੇ ਖਰਾਬ ਰਿਜ਼ਲਟਸ ਆਉਂਦੇ ਹੈ। ਆਉਣ ਵਾਲੇ ਟਾਈਮ 'ਚ ਬੰਦੇ ਦੇ ਕਮਰ ਠੀਕ ਨਹੀਂ ਹੁੰਦੀ, ਜੋੜਾਂ ਦੇ ਦਰਦ ਠੀਕ ਨਹੀਂ ਹੁੰਦੇ, ਲਿਵਰ ਕਿਡਨੀ ਦੀ ਸਮੱਸਿਆ ਅਲੱਗ ਆ ਜਾਂਦੀ ਹੈ। ਇਸ ਕਰਕੇ ਜੇ ਤੁਹਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੈ ਪੇਨ ਕਿਲਿੰਗ ਦੀ, ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਂਦਾ ਕਿ ਇਹਦਾ ਪਾਊਡਰ ਕਿਸ ਤਰ੍ਹਾਂ ਬਣੇਗਾ ਔਰ ਇਹਦੀ ਡੋਜ਼ ਕਿਸ ਤਰ੍ਹਾਂ ਇਹਦੀ ਆਪਾਂ ਲੈਣੀ ਹੈ, ਠੀਕ ਹੈ। ਲੇਕਿਨ ਮੈਂ ਤੁਹਾਨੂੰ ਇੱਕ ਪੇਨ ਕਿਲਿੰਗ ਦੀ ਜ਼ਬਰਦਸਤ ਚੀਜ਼ ਦੱਸ ਦਿੰਦਾ, ਤੁਸੀਂ ਆਇਲ ਕਿੱਟ ਦਾ ਇਸਤੇਮਾਲ ਕਰੋ। ਆਇਲ ਕਿੱਟ ਦੇ ਅੰਦਰ 2 ਤਰ੍ਹਾਂ ਦੇ ਤੇਲ, ਬੈਟਲ ਆਇਲ, ਬੈਲੀ ਡਰੋਪ, ਔਰ ਇੱਕ ਇਹ ਬੈਟਲ ਬਾਮ, ਇਹ 3 ਚੀਜ਼ਾਂ ਦਾ ਕੰਬੀਨੇਸ਼ਨ ਹੈ, 1, 2, 3। ਇਹ ਉਹ ਚੀਜ਼ਾਂ ਹੈ ਜਿਹੜੀਆਂ ਪੇਨ ਕਿਲਿੰਗ ਦੇ ਅੰਦਰ ਪਹਿਲੇ ਦਿਨ ਤੋਂ ਤੁਹਾਡਾ ਪੇਨ ਕਿਲਰ ਛੁਡਾ ਦਿੰਦੀਆਂ। ਔਰ ਜੇ ਕਿਤੇ ਤੁਹਾਡੇ ਘਰ ਹੇਅਰ ਡਰਾਇਰ ਹੋਵੇ, ਵਾਲ ਸੁਕਾਉਣ ਵਾਲੀ ਮਸ਼ੀਨ, ਮੈਂ ਤੁਹਾਨੂੰ ਇੱਕ ਐਸਾ ਤਰੀਕਾ ਦੱਸ ਸਕਦਾ ਹਾਂ ਇਹਨਾਂ ਨੂੰ ਇਸਤੇਮਾਲ ਕਰਨ ਦੇ ਨਾਲ ਨਾਲ, ਕਿ ਜਿਹਦੇ ਨਾਲ ਪਹਿਲੇ ਹਫ਼ਤੇ 'ਚ ਤੁਹਾਨੂੰ ਉਹ ਆਰਾਮ ਆਏਗਾ ਜਿਹੜਾ ਕਈ ਹਫ਼ਤਿਆਂ ਤੋਂ ਨਹੀਂ ਆਇਆ ਹੋਏਗਾ। ਜੇ ਤੁਸੀਂ ਡੇਲੀ ਪੇਨ ਕਿਲਰ ਖਾਂਦੇ ਹੋ, ਪੇਨ ਕਿਲਰ ਖਾਣਾ ਬੰਦ ਕਰ ਦਿਓ, ਇਹ ਬੰਦ ਹੀ ਹੋ ਜਾਏਗਾ ਇਹਦੇ ਨਾਲ, ਠੀਕ ਹੈ, ਜੇ ਤੁਹਾਡੇ ਕੋਲ ਤੁਹਾਨੂੰ ਰੋਜ਼ ਪੇਨ ਕਿਲਰ ਖਾਣਾ ਪੈਂਦਾ। ਅੱਛਾ, ਹੁਣ ਮੈਂ ਗੱਲ ਕਰਦਾ, ਇਹਨੂੰ ਆਪਾਂ ਜਦੋਂ ਭੁੰਨ ਲਿਆ ਹਲਕਾ ਹਲਕਾ, ਉਸ ਤੋਂ ਬਾਅਦ ਠੰਡਾ ਕਰਕੇ ਆਪਾਂ ਇਹਦਾ ਪਾਊਡਰ ਬਣਾਉਣਾ, ਔਰ ਪਾਊਡਰ ਨੂੰ ਛਾਣ ਲੈਣਾ, ਠੀਕ ਹੈ, ਇਸ ਤਰੀਕੇ ਨਾਲ। ਇਹ ਛਾਣ ਕੇ ਬਾਰੀਕ ਪਾਊਡਰ ਬਣ ਜਾਏਗਾ, ਅਤੇ ਤੁਸੀਂ ਸਵੇਰੇ ਇੰਨਾ, ਇਹ ਤਕਰੀਬਨ 2 ਤੋਂ 3 ਗ੍ਰਾਮ, ਇੱਕ ਆਮ ਚਾਵਲ ਖਾਣ ਵਾਲਾ ਚਮਚ ਹੈ, ਚੌਲ ਖਾਣ ਵਾਲਾ ਚਮਚ ਹੈ, 2 ਤੋਂ 3 ਗ੍ਰਾਮ ਸਵੇਰੇ ਖਾਲੀ ਪੇਟ ਕੋਸੇ ਪਾਣੀ ਨਾਲ ਲੈਣਾ, ਔਰ ਐਵੇਂ ਹੀ ਸ਼ਾਮੀ 2 ਤੋਂ 3 ਗ੍ਰਾਮ ਕੋਸੇ ਪਾਣੀ ਨਾਲ ਖਾਣਾ ਖਾਣ ਤੋਂ 1 ਘੰਟਾ ਪਹਿਲਾਂ, ਠੀਕ ਹੈ। ਇਹ 2 ਟਾਈਮ ਲੈਣਾ, ਔਰ ਫਿਰ ਦੇਖੋ ਕਮਾਲ, ਜਿੰਨੇ ਵੀ ਤਰ੍ਹਾਂ ਦੇ ਵਾਤ ਵਿਕਾਰ ਹੈ ਸਾਰਿਆਂ 'ਚ ਤੁਹਾਨੂੰ ਆਰਾਮ ਦੇਗਾ, ਠੀਕ ਹੈ ਜੀ। ਉਮੀਦ ਹੈ ਕਿ ਤੁਹਾਨੂੰ ਇਹ ਜ਼ਰੂਰ ਪਸੰਦ ਆਇਆ ਹੋਵੇਗਾ, ਔਰ ਇਹਨੂੰ ਸੇਕ ਕੇ ਬਣਾਉਣਾ, ਫਿਰ ਦੇਖਣਾ ਇਹਦਾ ਨਜ਼ਾਰਾ, ਠੀਕ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਅੱਛੀ ਤਰ੍ਹਾਂ ਇਸ ਫਾਰਮੂਲੇ ਨੂੰ ਦੇਖ ਲਿਆ ਹੋਵੇਗਾ, ਔਰ ਫਿਰ ਵੀ ਕੋਈ ਸਵਾਲ ਹੋਵੇ, ਜਿਹੜਾ ਨੰਬਰ ਸਾਡਾ ਫਲੈਸ਼ ਹੋ ਰਿਹਾ ਸਕਰੀਨ ਦੇ ਉੱਤੇ, ਇਸ 'ਤੇ ਤੁਸੀਂ ਫੋਨ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ ਇਸ ਵੀਡੀਓ ਨੂੰ ਦੇਖਣ ਵਾਸਤੇ, ਆਪਣਾ ਪਿਆਰ ਦੇਣ ਵਾਸਤੇ, ਔਰ ਸ਼ੇਅਰ ਕਰਨ ਵਾਸਤੇ। ਥੈਂਕ ਯੂ ਵੈਰੀ ਮੱਚ, ਗੋਡ ਬਲੈਸ ਯੂ ਐਵਰੀਵਨ, ਖੁਸ਼ ਰਹੋ।